ਫਾਜ਼ਿਲਕਾ ਦੇ ਅੰਦਰ ਨਜਾਇਜ਼ ਰੂਪ ਦੇ ਵਿੱਚ ਚੱਲ ਰਹੇ ਹਨ ਮੋਟਰਸਾਈਕਲ ਰਿਕਸ਼ਾ ਛੋਟਾ ਹਾਥੀ ਟੈਂਪੂ ਯੂਨੀਅਨ ਨੇ ਜਤਾਇਆ ਰੋਸ਼ ਕੀਤੀ ਕਾਰਵਾਈ ਦੀ ਮੰਗ ਫਾਜ਼ਿਲਕਾ ਦੇ ਵਿੱਚ ਨਜਾਇਜ਼ ਮੋਟਰਸਾਈਕਲ ਰਿਕਸ਼ਾ ਚੱਲ ਰਹੇ ਹਨ ਜੋ ਕਿ ਫਾਜ਼ਿਲਕਾ ਦੇ ਅੰਦਰ ਹੀ ਟੋਆ ਟਵਾਈ ਦਾ ਕੰਮ ਕਰਦੇ ਹਨ ਇਸ ਨੂੰ ਲੈ ਕੇ ਫਾਜ਼ਿਲਕਾ ਦੇ ਵਿੱਚ ਅੱਜ ਛੋਟਾ ਹਾਥੀ ਟੈਂਪੂ ਯੂਨੀਅਨ ਵੱਲੋਂ ਰੋਸ ਜਤਾਇਆ ਗਿਆ ਫਾਜ਼ਿਲਕਾ ਦੀ ਨਵੀਂ ਅਨਾਜ ਮੰਡੀ ਦੇ ਨੇੜੇ ਕੰਡਾ ਨੰਬਰ 1 ਦੇ ਕੋਲ ਅੱਜ ਛੋਟਾ ਹਾਥੀ ਟੈਂਪੂ ਯੂਨੀਅਨ ਦੀ ਇੱਕ ਮੀਟਿੰਗ ਸੰਪਨ ਹੋਈ ਜਿਸ ਦੇ ਵਿੱਚ ਇਹਨਾਂ ਰਿਕਸ਼ਿਆਂ ਦੇ ਖਿਲਾਫ ਰੋਸ ਜਤਾਇਆ ਗਿਆ ਅਤੇ ਇਹਨਾਂ ਨੂੰ ਬੰਦ ਕਰਵਾਉਣ ਦੀ ਮੰਗ ਕੀਤੀ ਗਈ ਛੋਟਾ ਹਾਥੀ ਟੈਂਪੂ ਯੂਨੀਅਨ ਨੇ ਕਿਹਾ ਕਿ ਉਹਨਾਂ ਦਾ ਕਾਰੋਬਾਰ ਇਹਨਾਂ ਮੋਟਰਸਾਈਕਲ ਰਿਕਸ਼ਾ ਕਾਰਨ ਪ੍ਰਭਾਵਿਤ ਹੋ ਰਿਹਾ ਹੈ ਅਤੇ ਉਹਨਾਂ ਨੂੰ ਟੋਆ ਟਵਾਈ ਦਾ ਕੰਮ ਨਹੀਂ ਮਿਲ ਰਿਹਾ ਜਿਸ ਦੇ ਚੱਲਦਿਆਂ ਉਹਨਾਂ ਅੱਗੇ ਰੋਟੀ ਦਾ ਸੰਕਟ ਪੈਦਾ ਹੁੰਦਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਇਹਨਾਂ ਮੋਟਰਸਾਈਕਲ ਰਿਕਸ਼ਾ ਦੀ ਸ਼ਿਕਾਇਤ ਫਾਜ਼ਿਲਕਾ ਪੁਲਿਸ ਨੂੰ ਵੀ ਕੀਤੀ ਹੈ ਲੇਕਿਨ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਉਹਨਾਂ ਨੇ ਕਾਰਵਾਈ ਦੀ ਮੰਗ ਕੀਤੀ ਹੈ ਮੇਰਾ ਨਾਮ ਭੀਮ ਸੈਨ ਹੈ ਜੀ ਅੱਜ ਕਿਸ ਮਸਲੇ ਲੈ ਕੇ ਇਕੱਠੇ ਹੋਏ ਇੱਥੇ ਜੀ ਆ ਜਿਹੜੇ ਮੋਟਰਸਾਈਕਲ ਦੇ ਮਗਰ ਰੇੜੀ ਬੰਨੀ ਹੋਈ ਹੈ ਜਾਂ ਇਹ ਨਜਾਇਜ਼ ਸਾਧਨ ਨੇ ਇਹਨਾਂ ਦੇ ਪੱਲੇ ਕਿਸੇ ਦੇ ਕੁਛ ਨਹੀਂ ਕੋਈ ਕਾਗਜ਼ ਨਹੀਂ ਪੱਤਰ ਨਹੀਂ ਅਤੇ ਸਾਡੇ ਕੋਲ ਸਾਰੇ ਕਾਗਜ਼ ਹੈਗੇ ਨੇ ਅਸੀਂ ਟੈਕਸ ਭਰਨੇ ਆ ਪਾਸਿੰਗ ਭਰਨੇ ਆ ਰਸਤੇ 'ਚ ਵੀ ਪਰੇਸ਼ਾਨ ਹੁੰਦੇ ਹਾਂ ਅਤੇ ਸਾਰੇ ਜਿਹੜੇ ਹੈਗੇ ਨੇ ਹਾਥੀ ਦੇ ਮਗਰੀ ਪਏ ਹੋਏ ਨੇ ਹਾਥੀਆਂ ਦੇ ਮਗਰੀ ਛੋਟਾ ਹਾਥੀ 'ਚ ਜਿਹੜਾ ਚੱਲ ਰਿਹਾ ਅਤੇ ਦੂਜੇ ਕੋਈ ਕਿਸੇ ਨੂੰ ਕੋਈ ਟ੍ਰੈਫਿਕ ਵਾਲਾ ਜਾਂ ਕੋਈ ਕਿਸੇ ਪੁਲਿਸ ਵਾਲਾ ਕੋਈ ਨਹੀਂ ਪੁੱਛਦਾ ਉਹਨਾਂ ਨੂੰ ਗੜੁੱਕੇ ਚੱਲਦੇ ਨੇ ਸ਼ਹਿਰ ਦੇ ਵਿੱਚ ਘੱਟੋ ਘੱਟ 300 ਗੜੁੱਕਾ ਹੈਗਾ ਉਹਨੂੰ ਕੋਈ ਨਹੀਂ ਪੁੱਛਦਾ 500-600 ਮੋਟਰਸਾਈਕਲਾਂ ਰੇਹੜੀਆਂ ਨੇ ਪਿੰਡਾਂ ਦੇ ਵਿੱਚੋਂ ਆਉਂਦੀਆਂ ਨੇ ਜਾਂ ਸ਼ਹਿਰ ਦੇ ਵਿੱਚੋਂ ਆਉਂਦੀਆਂ ਨੇ 7.5 ਕੁਇੰਟਲ ਸਾਡੀ ਗੱਡੀ ਪਾਸ ਹੈ ਅਤੇ 10-10 ਕੁਇੰਟਲ ਉਹ ਚੱਕੀ ਫਿਰਦੇ ਹੈ ਅਤੇ ਇਸ ਕਰਕੇ ਸਾਡਾ ਜਿਹੜਾ ਰੁਜ਼ਗਾਰ ਹੈ ਬਿਲਕੁਲ ਜ਼ੀਰੋ ਹੋਇਆ ਪਿਆ ਅਤੇ ਨਾ ਕਿਸੇ ਕੋਲ ਪਾਸਿੰਗ ਹੈ ਨਾ ਕਿਸੇ ਕੋਲ ਟੈਕਸ ਰਿਹਾ ਭਰਨ ਦੀ ਗੁਜਾਇਸ਼ ਨਹੀਂ ਰਿਹਾ ਲੋਕਡਾਊਨ ਕਰਕੇ ਅਸੀਂ ਬਹੁਤ ਪਰੇਸ਼ਾਨ ਹਾਂ ਅਤੇ ਘਰੇ ਸਾਡੇ ਦਾਣੇ ਨਹੀਂ ਹੈਗੇ ਪੂਰੇ ਸੁਰੇ ਵੀ ਅਸੀਂ ਬੱਚਿਆਂ ਨੂੰ ਰੋਟੀ ਵੀ ਖਿਲਾ ਸਕੀਏ ਅਤੇ ਕੋਈ ਕੰਮ ਸਾਡਾ ਨਹੀਂ ਚੱਲਦਾ ਇਸ ਕਰਕੇ ਅਸੀਂ ਬਹੁਤ ਪਰੇਸ਼ਾਨ ਹਾਂ ਸਾਰੇ ਅਫੀਸਰਾਂ ਨੂੰ ਕਹਿ ਕੂ ਕੇ ਅਸੀਂ ਥੱਕ ਗਏ ਹਾਂ ਸਾਰਿਆਂ ਨੂੰ ਕੋਈ ਸਾਡੀ ਸੁਣਾਈ ਨਹੀਂ ਕਰਦਾ ਅਤੇ ਇਸ ਕਰਕੇ ਸਾਡੀ ਮੰਗ ਇਹ ਹੈ ਵੀ ਆਹ ਜਿਹੜੇ ਮੋਟਰਸਾਈਕਲ ਹੈ ਰੇਹੜੀਆਂ ਬਣਾਈ ਫਿਰਦੇ ਹੈ ਇਹਨਾਂ ਨੂੰ ਬੰਦ ਕੀਤਾ ਜਾਵੇ ਇੱਕ ਆ ਗੜੁੱਕੇ ਜਿਹੜੇ ਚੱਲਦੇ ਨੇ ਆ ਪੀਟਰ ਰੇਹੜੇ ਜਿਹੜੇ ਬਣੇ ਹੋਏ ਨੇ ਇਹ ਸਾਰਾ ਜਿਹੜਾ ਕਾਰੋਬਾਰ ਹੈ ਸਾਰਾ ਠੱਪ ਹੋ ਗਿਆ ਅਸੀਂ ਸਾਰਾ ਕੁਝ ਟੈਕਸ ਭਰਦੇ ਹਾਂ ਸਾਰਾ ਕੁਝ ਭਰਦੇ ਹਾਂ ਔਰ ਜਿਹੜਾ ਸਾਨੂੰ ਇਹ ਪਰੇਸ਼ਾਨੀ ਹੋ ਰਹੀ ਹੈ ਇਹ ਪ੍ਰਸ਼ਾਸਨ ਦੀ ਵਜ੍ਹਾ ਨਾਲ ਹੋ ਰਹੀ ਹੈ ਪ੍ਰਸ਼ਾਸਨ ਸਾਡੀ ਸੁਣਦਾ ਨਹੀਂ ਅਤੇ ਇਹ ਰੋਜ਼ ਇੱਕ ਰੇੜਾ ਬੰਦ ਕਰਾਉਂਦੇ ਆ 10 ਰੇੜੇ ਰੋਜ਼ ਬਾਜ਼ਾਰ ਦੇ ਵਿੱਚ ਆ ਜਾਂਦੇ ਨੇ ਅਤੇ ਸਾਰਾ ਸਮਾਨ ਜਿਹੜਾ ਸਾਡਾ ਲੋਡਿੰਗ ਦਾ ਹੈਗਾ ਸੀ ਸਾਰਾ ਸੱਤਿਆਨਾਸ਼ ਹੋਇਆ ਪਿਆ ਜਿਹੜਾ ਹੀ ਕੋਈ ਪੁੱਛਦਾ ਸਾਨੂੰ ਰੋਕ ਕੇ ਪੁੱਛਦਾ ਇਹਨਾਂ ਨੂੰ ਕੋਈ ਨਹੀਂ ਰੋਕਦਾ ਇਹ ਮੂੰਹ ਪਾਸੇ ਕਰ ਲੈਂਦੇ ਨੇ ਅਤੇ ਚੱਲੇ ਜਾਂਦੇ ਨੇ ਰੇੜੇ ਵਾਲੇ ਵਿਚਾਰੇ ਇਹ ਪਰੇਸ਼ਾਨ ਨੇ ਸਾਰਿਆਂ ਤੋਂ ਜ਼ਿਆਦਾ ਅਤੇ ਅਸੀਂ ਉਹਨਾਂ ਤੋਂ ਜ਼ਿਆਦਾ ਪਰੇਸ਼ਾਨ ਹੈਗੇ ਹਾਂ ਕੋਈ ਪ੍ਰਸ਼ਾਸਨ ਸਾਡੀ ਸੁਣਾਈ ਨਹੀਂ ਕਰਤਾ ਅਤੇ ਯੂਨੀਅਨ ਹੈ ਬਜਰੰਗ ਬਲੀ ਛੋਟਾ ਹਾਥੀ ਯੂਨੀਅਨ ਫਾਜ਼ਿਲਕਾ ਸੰਨੀ ਜੀ ਨਹੀਂ ਤੁਸੀਂ ਅੱਜ ਕਿਸ ਮਸਲੇ ਨੂੰ ਲੈ ਕੇ ਇਕੱਠੇ ਹੋਏ ਹੋ ਅਸੀਂ ਇਸ ਮਸਲੇ ਨੂੰ ਸਾਡਾ ਕੰਮ ਧੰਦਾ ਬਿਲਕੁਲ ਚੌਪਟ ਹੋਇਆ ਖੜਾ ਇਹ ਜਿਹੜੇ 3 ਪਹੀਆਂ ਵਾਲੇ ਮੋਟਰਸਾਈਕਲ ਨੇ ਵਹੀਕਲ ਨੇ ਇਹ ਸਾਡਾ ਜਿਹਨਾਂ ਆਰਾਮ ਸਾਨੂੰ 200-250 ਰੁਪਏ ਪਸ਼ੂਆਂ ਦਾ ਖਰਚਾ ਪੈਂਦਾ ਸਾਨੂੰ 150 ਦਾ ਗੇੜਾ ਹੁੰਦਾ ਉਹੀ ਚੱਕ ਲੈਂਦਾ ਅਸੀਂ ਕੀ ਕਰੀਏ ਫਿਰ ਦੱਸੋ ਅਸੀਂ ਕਿੱਧਰ ਨੂੰ ਜਾਈਏ ਤੁਹਾਨੂੰ ਕਿੰਨੇ ਕਰਕੇ ਪਰੇਸ਼ਾਨੀ ਆ ਰਹੀ ਹੈ ਬਸ ਆਈ 3 ਪਹੀਆਂ ਮੋਟਰਸਾਈਕਲ ਕਰਕੇ ਸਾਡਾ ਕੰਮ ਧੰਦਾ ਬਿਲਕੁਲ ਚੌਪਟ ਹੈ ਜੀ ਤੁਸੀਂ ਕੀ ਕੰਮ ਕਰਦੇ ਅਸੀਂ ਵੀ ਰੇੜੇ ਵਾਲੇ ਹਾਂ